ਕੁੜੀ ਦਾ ਨਾਂ ਲੱਗਦਾ ਮੈਨੂੰ, ਨਾਮ ਤਾਂ ਬੜਾ ਖੂਬਸੂਰਤ ਰੱਖਿਆ ਗੁਲਸ਼ਨ ਭਾਈ। ਜਮੈਕਾ ਇੱਕ ਮੁਲਕ ਹੈ ਤੇ ਇਹ ਜਿਹੜੀ ਡਿਸ਼ ਆ ਉਸ ਮੁਲਕ ਦੀ ਹੈ, ਇਸ ਵਾਸਤੇ ਇਹਨੂੰ ਜਮੈਕਨ ਫ੍ਰਾਈਡ ਚਿਕਨ ਕਿਹਾ ਜਾਂਦਾ। ਅੱਛਾ ਅੱਛਾ, ਯਾਨੀ ਕਿ ਉਹਨਾਂ ਦੇ ਸ਼ਹਿਰ ਦੀ ਡਿਸ਼ ਹੈ। ਜਮੈਕਨ ਫ੍ਰਾਈਡ ਚਿਕਨ ਕੋ ਪੇਸ਼ ਕੀਤਾ ਜਾਏ। ਚਾਹ ਜਮੈਕਾ ਦੇ ਲੋਕ ਖਾਂਦੇ ਆ, ਬੜੇ ਤਾਕਤਵਰ ਲੋਕ ਹੋਣਗੇ, ਉੱਥੇ ਬੜੀ ਖੁਰਾਕ ਖਾਂਦੇ ਨੇ ਉਹ। ਅਸੀਂ ਅਕਸਰ ਪਿੰਡਾਂ ਥਾਂ ਗੁੜ ਦੀਆਂ ਪੇਸ਼ੀਆਂ ਬਣਾਉਂਦੇ ਹਾਂ, ਲੱਗਦਾ ਜਿਵੇਂ ਕਿ ਗੁੜ ਦੀਆਂ ਪੇਸ਼ੀਆਂ ਨੇ। ਟੇਸਟ ਵੀ ਵੱਖਰਾ, ਸੈਕਾ ਵੀ ਵੱਖਰਾ, ਚਟਨੀ ਲਾਏ ਬਗੈਰ ਏਡਾ ਮਜ਼ਾ ਆ ਰਿਹਾ ਇਹਨੂੰ ਖਾਣ ਦਾ। ਜੇ ਮੈਂ ਇਹਨੂੰ ਚਟਨੀ ਲਾ ਦਾਂਗਾ, ਚਟਨੀ ਲਾ ਕੇ ਖਾਵਾਂਗਾ, ਫਿਰ ਚਟਨੀ ਦਾ ਸਵਾਦ ਆਉਣਾ ਸ਼ੁਰੂ ਹੋ ਜਾਏਗਾ। ਜਿਹੜਾ ਸਰ ਯਾਨੀ ਕਿ ਮੁਲਕ ਨਾਲ ਇਸ ਤਰ੍ਹਾਂ ਹੈਗਾ, ਜਿਵੇਂ ਮਲੂੰਡਾ ਹੁੰਦਾ, ਮਲੂੰਡਾ ਤੁਸੀਂ ਦਾਲ ਦਾ ਲਾ ਲਓ, ਚੌਲਾਂ ਲਾ ਲਓ, ਵਿੱਚ ਨਮਕੀਨ ਵੀ ਹੁੰਦਾ, ਸਪੈਸੀ ਵੀ ਹੁੰਦਾ ਮਲੂੰਡਾ। ਮੁਰਗੀ ਨੂੰ ਉਹਨਾਂ ਨੇ ਇੰਨਾ ਫਰਾਈ, ਮਤਲਬ ਕਿ ਇਸ ਤਰ੍ਹਾਂ ਮਸਾਲੇ ਮਸੂਲੇ ਲਾ ਕੇ ਉਹਦੇ ਵਿੱਚ ਡਿਪ ਕੀਤਾ, ਡਿਪ ਕਰਕੇ ਫਿਰ ਉਹਨਾਂ ਨੇ ਫਰਾਈ ਕੀਤਾ। ਮੈਂ ਕਹਿੰਦਾ ਕਮਾਲ ਕਰਤਾ, ਨਾ ਸਮੈਲ ਨਹੀਂ ਹੈਗੀ, ਕੋਈ ਚੱਕਰ ਨਹੀਂ ਹੈਗਾ, ਨਾ ਘਿਓ ਜ਼ਿਆਦਾ ਇਹਦਾ। ਕੋਈ ਚੀਜ਼ ਖਾਣੀ ਨੂੰ ਪਹਿਲਾਂ ਉਸ ਤਰ੍ਹਾਂ ਹੀ ਚੁੱਕ ਕੇ ਖਾ ਕੇ ਵੇਖੋ ਕਿ ਉਹਦਾ ਟੇਸਟ ਕੀ ਹੈ, ਉਹਦਾ ਜ਼ਾਇਕਾ ਕੀ ਹੈ, ਬਜਾਏ ਤੁਸੀਂ ਜਿਹੜੀ ਉਹਦੇ ਨਾਲ ਸੋਸਾਂ ਜਾਂ ਚਟਨੀਆਂ ਮਿਲੀਆਂ ਤੁਸੀਂ ਉਹਦੇ 'ਚ ਡਬੋ ਕੇ ਖਾਓ ਅਤੇ ਮਜ਼ਾ ਲਵੋ, ਉਹ ਫਿਰ ਚੀਜ਼ ਦਾ ਮਜ਼ਾ ਫਿਰ ਨਹੀਂ ਨਾ ਸਮਝ ਲੱਗਦੀ ਬੰਦੇ ਨੂੰ ਯਾਰ ਕੀ ਬਣਾਇਆ ਇਹਨਾਂ ਨੇ। ਇਸ ਲੱਗਦਾ ਜਿਵੇਂ ਕਹਿੰਦਾ ਅਸੀਂ ਪਾਣੀ ਨਹੀਂ ਕਿ ਜਦੋਂ ਕੋਈ ਚੀਜ਼ ਉਬਾਲਦੇ ਹਾਂ, ਜਾਂ ਅਕਸਰ ਅਸੀਂ ਪਕੌੜੇ ਵਗੈਰਾ ਤਲਨੇ ਹਾਂ, ਬੀਸਣ ਵਗੈਰਾ ਲੱਗ, ਇੰਝ ਲੱਗਦਾ ਜਿਵੇਂ ਕਹਿੰਦਾ ਮੁਰਗੀ ਦੇ ਪਕੌੜੇ ਤਲੇ ਹੋਏ ਨੇ। ਲਓ ਜੀ, ਮੈਨੂੰ ਤਾਂ ਇੰਝ ਲੱਗਾ ਜਿਵੇਂ, ਮੈਂ ਤਾਂ ਪਹਿਲੇ ਡਰ ਗਿਆ ਸੀ, ਮੈਂ ਕਿਹਾ ਪਤਾ ਨਹੀਂ ਰੋੜੇ ਖਵਾਉਣ ਦੇ ਲੱਗੇ ਨੇ, ਲੇਕਿਨ ਬਾਅਦ 'ਚ ਪਤਾ ਲੱਗਾ ਜਦੋਂ ਇਹਨੂੰ ਛਿੱਲਿਆ ਅਤੇ ਮੁਰਗੀ ਨਿਕਲੀ ਵਿੱਚੋਂ। KFC ਦੇ ਵੀ ਖਾਧੇ ਨੇ ਪੀਸ, ਮੈਕਡੋਨਲਡ ਦੇ ਵੀ ਖਾਧੇ ਨੇ, ਲੇਕਿਨ ਉਹਨਾਂ ਦੇ ਟੇਸਟ, ਉਹਨਾਂ ਦੇ ਜ਼ਾਇਕੇ ਵੱਖਰੇ, ਲੇਕਿਨ ਇਹ ਕਿ ਚੀਜ਼ ਹਟ ਕੇ ਇੱਕ ਟੇਸਟ ਆਇਆ ਕਿ ਜ਼ਾਇਕਾ ਹੀ ਵੱਖਰਾ ਆ ਗਿਆ, ਮੂੰਹ 'ਚ ਇੰਨੀ ਪਿਆਰੀ ਖੁਸ਼ਬੂ ਆ ਰਹੀ, ਚਿਕਨ ਖਾਣ ਦਾ ਵੀ ਮਜ਼ਾ ਆ ਰਿਹਾ। ਅਕਸਰ ਸਾਡੇ ਇਲਾਕੇ ਜਦੋਂ ਮੱਛੀ ਬਣਦੇ, ਉਹਨੂੰ ਵੀ ਅਸੀਂ ਇਸ ਤਰ੍ਹਾਂ ਰੰਗ ਰੁੰਗ ਦੇ ਕੇ ਉਹਦੇ ਬੜੇ ਮਸਾਲੇ ਮਸੂਲੇ ਪਾ ਕੇ ਉਹਦੇ ਝੁਲਾਉਣਾ ਹੁੰਦਾ। ਲਓ ਜੀ, ਹੁਣ ਮੈਂ ਕੈਚਅਪ ਨਾਲ ਇਹਦਾ ਜ਼ਾਇਕਾ ਚੈੱਕ ਕਰਨਾ। ਵੇਖੋ ਨਾ, ਮੈਨੂੰ ਤਾਂ ਇੰਝ ਲੱਗ ਰਿਹਾ ਮੁਰਗੀ ਦਾ ਤਾਂ ਮਾਸ ਨਹੀਂ ਲੈਣਾ, ਮਾਸ ਉਹ ਗੋਸ਼ਤ ਦਾ ਵੀ ਮਜ਼ਾ ਆ ਰਿਹਾ, ਮਾਸ ਦਾ ਵੀ। ਸਾਡੇ ਤਾਂ ਇਸ ਤਰ੍ਹਾਂ ਖਾਂਦੇ ਨਹੀਂ, ਇੱਥੇ ਪੂਰੀ ਖਾਲੀ ਲਾ ਦਿੰਦੇ ਨੇ, ਫਿਰ ਕਿਧਰੇ ਪਕਾਉਂਦੇ ਨੇ, ਜਿਵੇਂ ਵੀ ਪਕਾਉਂਦੇ ਨੇ। ਪੂਰੇ ਕਮਰੇ ਦੇ ਵਿੱਚ ਇਹਦੀ ਮਹਿਕ ਹੈਗੀ, ਇੰਝ ਲੱਗਦਾ ਜਿਹੜਾ ਫਰਾਈ ਚਿਕਨ ਵਾਲਾ ਕਿਸੇ ਨੇ ਪਰਫਿਊਮ ਛਿੜਕਿਆ, ਆਏ ਹਾਏ ਪੂਰੇ ਕਮਰੇ 'ਚ ਮਹਿਕ ਹੋ ਗਈ ਹੈ ਯਾਰ। ਇਸ ਤਰ੍ਹਾਂ ਦਾ ਅਗਰ ਸਾਨੂੰ ਬਣਾਉਣਾ ਆ ਜਾਵੇ ਚਿਕਨ, ਵੈਸੇ ਨਹੀਂ ਬੱਚੇ ਖਾਂਦੇ ਘਰ 'ਚ, ਇਸ ਤਰ੍ਹਾਂ ਦਾ ਪੀਸ ਹੋਣ ਨਾ ਬਣੇ ਤਾਂ ਫਿਰ ਖਾ ਵੀ ਜਾਂਦੇ ਨੇ ਫਟਾਫਟ, ਕਿਉਂਕਿ ਮਜ਼ਾ ਆਉਂਦਾ ਨਾ ਜਿਹੜੀ ਚੀਜ਼ ਪਾਈ ਵਿੱਚ, ਪਤਾ ਨਹੀਂ ਅੰਦਰ ਤੱਕ ਉਹਦਾ ਟੇਸਟ ਚਲੇ ਗਿਆ। ਐਵੇਂ ਕਹਿੰਦਾ ਕਿੱਡਾ ਖੁਸ਼ਕ ਹੈਗਾ, ਸਾਡੇ ਜੀ ਇੰਨਾ ਪਕੌੜਾ ਫੜਿਆ ਤਾਂ ਅੱਧਾ ਤੇਲ ਹੱਥਾਂ 'ਚ ਲੱਗ ਜਾਂਦਾ, ਕਿਉਂਕਿ ਤੇਲ ਹੀ ਇੰਨਾ ਹੁੰਦਾ। ਲੈ ਵੇਖਣਾ ਕਿੱਡਾ ਖੁਸ਼ਕ ਹੈਗਾ, ਸਾਫ਼ ਸੁਥਰਾ ਖਾਓ ਵੀ ਸਹੀ, ਹੱਥ ਵੀ ਨਹੀਂ ਖਰਾਬ ਹੋਣੇ ਅਤੇ ਖਾਣਾ ਪੇਟ ਵੀ ਫੁੱਲ ਹੋ ਜਾਏਗਾ। ਵੇਖੋ ਚਿਕਨ ਦੀਆਂ ਕਿੰਨੀਆਂ ਡਿਸ਼ਾਂ ਨੇ, ਕਿਹੜੇ ਕਿਹੜੇ ਤਰੀਕੇ ਨਾਲ ਲੋਕ ਖਾਂਦੇ ਨੇ ਯਾਰ, ਹਰ ਬੰਦਾ ਆਪਣੇ ਆਪਣੇ ਮਜ਼ਾਕੇ ਲੈਂਦਾ, ਆਪਣੇ ਆਪਣੀ ਮਰਜ਼ੀ ਦੇ ਨਾਲ ਬਣਾਉਂਦਾ, ਆਪਣੀ ਆਪਣੀ ਮਰਜ਼ੀ ਨਾਲ ਉਹਨੂੰ ਖਾਂਦਾ ਬਣਾ ਕੇ ਚਿਕਨ ਨੂੰ। ਸਾਡੇ ਪਿੰਡ ਦੇ ਵਿੱਚ 4 ਸਮੋਸੇ ਅਗਰ ਰੱਖ ਦੋ ਨਾ ਪਲੇਟ ਦੇ ਵਿੱਚ, ਉਹਨੂੰ ਕਹਿੰਦੇ ਨੇ ਯਾਰ ਬੜਾ ਬਾਦਸ਼ਾਹ ਬੰਦਾ, ਅਤੇ ਜਿਹਦੇ ਅੱਗੇ ਫਰਾਈ ਚਿਕਨ ਰੱਖ ਦੇਵੋ ਅਤੇ ਉਹ ਤਾਂ ਫਿਰ ਸ਼ਹਿਨਸ਼ਾਹ ਹੀ ਹੋਏਗਾ, ਚੌਧਰੀ ਹੋਏਗਾ ਪਿੰਡ ਦਾ, ਲੰਬੜਦਾਰ।
ਕਿ ਯਾਰ ਉਹ ਖਾਣਾ ਖਾ ਸਕਦਾ। ਅਸੀਂ ਆਪਣੇ ਤਰੀਕੇ ਨਾਲ ਖਾਂਦੇ ਹਾਂ, ਸਾਨੂੰ ਉਸੇ ਤਰੀਕੇ ਦੇ 50 ਸਾਲ ਹੋ ਗਏ ਖਾਂਦੇ ਪਏ ਚਿਕਨ, ਇਹੀ ਖਾਣਾ ਜੀ। ਚਿਕਨ ਦਾ ਸਾਲਨ ਬਣਾ ਲਿਆ, ਚਿਕਨ ਦੀ ਬਿਰਿਆਨੀ ਬਣਾ ਲਈ, ਚਿਕਨ ਕੜਾਹੀ ਬਣਾ ਲਈ, ਚਿਕਨ ਟਿੱਕਾ ਬਣਾ ਲਿਆ। ਇਸ ਤੋਂ ਇਲਾਵਾ ਸਾਡੇ ਜਾਣੇ ਬਲਾਗ ਇਸ ਤਰ੍ਹਾਂ ਦੇ ਵੀ ਚੀਜ਼ਾਂ ਮੰਨਦੀਆਂ ਹੈ ਵੱਡੀ ਬੋਟੀ, ਲੇਕਿਨ ਅੰਦਰ ਤੱਕ ਰਸਾਲਾ ਮਸਾਲਾ ਜਿਹੜਾ ਰਚਿਆ ਮਿਚਿਆ ਔਰ ਪਤਾ ਲੱਗ ਰਿਹਾ ਕਿ ਯਾਰ ਮੈਂ ਕੋਈ ਚੀਜ਼ ਖਾ ਰਿਹਾ। ਬਾਕੀ ਬੜੀ ਖੁਸ਼ੀ ਹੋਈ, ਬੜਾ ਮਜ਼ਾ ਕਰ ਰਿਹਾ। ਅਤੇ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਬੈਲ ਆਈਕਨ ਦਬਾਇਆ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਣਾ। ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਸਿਹਤ ਤੰਦਰੁਸਤੀ ਦੇਵੇ। ਮੈਨੂੰ ਇਜਾਜ਼ਤ ਦੇਵੋ।